ਉਹਨੇ ਘਰੇ ਬੁਲਾਇਆ ਦੁਕਾਨ ਤੇ ਚੀਜ਼ ਕਰਕੇ ਮੇਰੇ ਕੋਲ ਹੀ ਬੁਲਾਇਆ। ਹਾਂਜੀ ਉਹਦਾ ਮੰਮੀ ਡੈਡੀ ਪੱਠੇ ਵੱਢਣ ਗਏ ਹੋਏ ਸੀ, ਉਹਨਾਂ ਸਾਨੂੰ ਘਰੇ ਬੁਲਾ ਕੇ ਮੁੰਡੇ ਨੂੰ, ਤੇ ਉਹਨਾਂ ਵੀ ਗਲਤ ਰੱਖ ਕੇ ਦਿੱਤੀ ਮੁੰਡੇ ਨੂੰ। ਉਹ ਕਹਿੰਦੀ ਨਹੀਂ ਨਾ, ਮੁੰਡੇ ਨੇ ਮੈਨੂੰ ਘਰੇ ਆ ਕੇ ਦੱਸਿਆ, ਫਿਰ ਅਸੀਂ ਗੱਲ ਕੀਤੀ, ਫਿਰ ਉਹਦੇ ਡੈਡੀ ਨੂੰ ਘਰੇ ਬੁਲਾਇਆ, ਫਿਰ ਉਹਨੇ ਕਹਿੰਦਾ ਘਰੇ ਜਾ ਗੱਲ ਕਰਾਂ, ਉਹਦੀ ਮੰਮਾ ਤਾਂ ਘਰੇ ਵੀ ਨਹੀਂ ਸੀ, ਉਹਦਾ ਡੈਡੀ ਘਰੇ ਆਇਆ ਸੀ। ਹਾਂਜੀ ਕੀ ਨਾਮ ਤੇ ਕਿੱਥੋਂ ਦਾ ਰਹਿਣ ਵਾਲਾ? ਮੇਰਾ ਨਾਮ ਮਨਦੀਪ ਕੌਰ ਹੈ, ਪਿੰਡ ਅਸਤਕ ਦੇ ਰਹਿਣ ਵਾਲੇ ਆ। ਕੀ ਹੋਈ ਮੁੰਡੇ ਨਾਲ ਹਰਕਤ? ਕੌਣ ਕਿੰਨੇ ਕੀਤੀ? ਸਾਡੇ ਗਵਾਂਢੀਆਂ ਹੈ, ਗੁੜੀਆਂ ਨੇ 22-23 ਸਾਲ ਉਮਰ ਹੈ ਜੀ। ਹਾਂ ਮੁੰਡਿਆਂ ਦੀ? ਮੁੰਡਿਆਂ ਦੀ 14-15 ਸਾਲ ਸਾਰੀ ਉਮਰ ਹੈ ਜੀ। ਕਦੋਂ ਦੀ ਘਟਨਾ ਇਹ? 1.5-2 ਮਹੀਨੇ ਹੋ ਚੱਲੇ ਘਟਨਾ। ਕਿਸ ਤਰ੍ਹਾਂ ਦੀ? ਉਹਨੇ ਘਰੇ ਬੁਲਾਇਆ ਦੁਕਾਨ ਤੇ ਚੀਜ਼ ਕਰਕੇ ਮੇਰੇ ਕੋਲ ਹੀ ਬੁਲਾਇਆ। ਹਾਂਜੀ ਉਹਦਾ ਮੰਮੀ ਡੈਡੀ ਪੱਠੇ ਵੱਢਣ ਗਏ ਹੋਏ ਸੀ, ਉਹਨਾਂ ਸਾਨੂੰ ਘਰੇ ਬੁਲਾ ਕੇ ਮੁੰਡੇ ਨੂੰ, ਤੇ ਉਹਨਾਂ ਵੀ ਗਲਤ ਰੱਖ ਦਿੱਤੀ ਮੁੰਡੇ ਨੂੰ। ਉਹ ਕਹਿੰਦੀ ਵੀ ਇਹ ਕੰਮ ਨਾ ਕਰੇਗਾ ਮੁੰਡੇ ਨੂੰ, ਕਹਿੰਦੀ ਮੈਂ ਰੇਪ ਦਾ ਕੇਸ ਪਾਵਾਂਗੀ ਤੁਹਾਡੇ, ਤੇਰੀ ਮੰਮੀ ਡੈਡੀ ਨੂੰ ਅੰਦਰ ਤੱਕ ਆਵਾਂਗੀ। ਹਾਂਜੀ ਨਾਲ ਤੁਹਾਡੇ ਕੋਲ ਪੈਸੇ ਲਵਾਂਗੀ। ਹਾਂਜੀ ਤੇ ਕੀ ਮੁੰਡੇ ਦਾ ਹਰਕਤ ਕੀਤੀ? ਮੁੰਡੇ ਨੇ ਬਸ ਗਲਤ ਸੰਬੰਧ ਬਣਾਉਣ ਦੇ ਹਰਕਤ, ਹਾਂਜੀ ਮਜਬੂਰ ਕਰਤੀ ਹੈ। ਉਸ ਤੋਂ ਬਾਅਦ ਤੁਸੀਂ ਰੌਲਾ ਪਾਇਆ, ਕੋਈ ਦਰਖਾਸਤ ਵੀ ਦਿੱਤੀ? ਨਹੀਂ ਨਾ, ਮੁੰਡੇ ਨੇ ਮੈਨੂੰ ਘਰੇ ਆ ਕੇ ਦੱਸਿਆ, ਫਿਰ ਅਸੀਂ ਗੱਲ ਕੀਤੀ, ਫਿਰ ਉਹਦੇ ਡੈਡੀ ਨੂੰ ਘਰੇ ਬੁਲਾਇਆ, ਫਿਰ ਉਹਨੇ ਕਹਿੰਦਾ ਘਰੇ ਜਾ ਗੱਲ ਕਰਾਂ, ਉਹਦੀ ਮੰਮਾ ਤਾਂ ਘਰੇ ਵੀ ਨਹੀਂ ਸੀ, ਉਹਦਾ ਡੈਡੀ ਘਰੇ ਆਇਆ ਸੀ। ਹਾਂਜੀ ਤੇ ਫਿਰ ਉਲਟਾ ਬਾਅਦ ਚ ਕੰਮ ਤੇ ਮੇਰਾ ਘਰ ਵਾਲਾ ਕੰਮ ਤੇ ਚਲਾ ਗਿਆ, ਇਹ ਬਾਅਦ ਚ ਦੂਜਾ ਕਿ ਘਰੇ ਗੱਲ ਪੈਣਾ, ਕਹਿੰਦੇ ਮੁੰਡੇ ਨੂੰ ਅਸੀਂ ਮਾਰ ਹੀ ਦੇਣਾ, ਕਹਿੰਦੇ ਮੁੰਡੇ ਦੀ ਗਲਤੀ ਹੈ। ਹਾਂਜੀ ਫਿਰ ਹੁਣ ਬਾਅਦ ਚ 28 ਤਰੀਕ ਦੀ ਗੱਲ ਹੈ, ਪਹਿਲਾਂ ਅਸੀਂ ਥਾਣੇ ਦਰਖਾਸਤ ਕੋਈ ਇਹਨਾਂ ਵੀ ਲਾ ਕੇ ਆਏ, ਅਸੀਂ ਲਾਏ। ਹਾਂਜੀ ਅਸੀਂ ਵੀ ਦਿੱਤੀ ਸੀ। ਹਾਂਜੀ ਵੀ ਤੋੜਾ ਗੁੜੀਆ ਕਰਕੇ ਪਹਿਲਾਂ ਘਰੇ ਮਾਰਨ ਆ ਗਏ ਮੁੰਡੇ ਨੂੰ, ਕਹਿੰਦੇ ਅਸੀਂ ਮਾਰ ਹੀ ਦੇਣਾ ਮੁੰਡੇ ਨੂੰ। ਸਾਡੀ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ ਸੀ। ਅੱਛਾ ਸਰ ਥਾਣੇ ਕੋਈ ਕਾਰਵਾਈ ਨਹੀਂ ਕੀਤੀ ਗਈ? ਸਾਡੇ ਤੇ ਝੂਠਾ ਪਰਚਾ ਸਾਡੇ ਦੋ ਜੀਆਂ ਤੇ ਕਰਾਤਾ, ਇਹ ਕਹਿੰਦੇ ਸਾਡੇ ਆਹੇ ਮੇਰੇ ਘਰ ਵਾਲੀ ਨਾਲ ਕੁੱਟ ਮਾਰ ਕਰਤਾ ਇਹਨੇ। ਉਦੋਂ ਉਹਦੇ ਕੰਮ ਤੇ ਮੇਰੇ ਘਰ ਵਾਲੇ ਗਾ ਸੀ, ਮੈਂ ਘਰੇ ਨਹੀਂ ਸੀ। ਹਾਂਜੀ ਤੇ ਮੈਂ ਉਲਟਾ ਮੇਰੇ ਬੱਚਿਆਂ ਦੇ ਮਗਰ ਲੱਗਤੇ, ਤੇ ਇਹ ਨਾ ਕਿਰਪਾਨਾ ਸੋਟੇ ਲੈ ਕੇ ਮਗਰ ਲੱਗੇ, ਮੈਂ ਕਿਸੇ ਘਰੇ ਬੱਚੇ ਰੁਕੇ ਆ 28 ਤਰੀਕ ਨੂੰ, ਤੇ ਹਾਂਜੀ ਮੈਂ ਦੁਪਹਿਰੇ ਫਿਰ ਬੱਚੇ ਕੱਢੇ ਨੇ ਸਾਡੇ 12 ਵਜੇ ਦਾ ਟਾਈਮ, ਸਾਡੇ 12 ਵਜੇ ਦਾ ਟਾਈਮ ਹੈ, ਤੇ ਫਿਰ ਮੇਰੇ ਮਗਰ ਲੱਗ ਗਏ, ਇੱਕ ਚੰਦ ਲਾਲ, ਇੱਕ ਅਨਸਾ, ਇੱਕ ਅਨਮੋਲ ਆਉਂਦਾ ਚੰਦ ਲਾਲ ਦਾ ਮੁੰਡਾ, ਇਹ ਸਾਡੇ ਕੋਲ ਵਾਕਿਆ ਜਾ ਕੇ ਉੱਥੇ ਫਿਰ ਇਹਨਾਂ ਕੁੱਟਮਾਰ ਕੀਤੀ। ਹਾਂਜੀ ਹੁਣ ਕੋਈ ਕਾਰਵਾਈ ਨਹੀਂ, ਫਿਰ ਅਸੀਂ ਦੂਜਾ ਕਿ ਉੱਥੇ ਮਰੋਟ ਵੀ ਦਰਖਾਸਤ ਚਲਾਈ, ਉੱਥੇ ਵੀ ਕੋਈ ਸਾਡੀ ਕਾਰਵਾਈ ਨਹੀਂ ਕੀਤੀ ਗਈ ਹੁਣ ਸਾਡੀ। ਹਾਂਜੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ, ਉਲਟਾ ਛੋਟੇ ਸਾਡੇ ਤੇ ਦੋਨਾਂ ਜੀਆਂ ਤੇ ਪਰਚੇ ਲਾਉਣੇ, ਉਹਦਾ ਮੇਰੇ ਘਰ ਵਾਲਾ ਕੰਮ ਤੇ ਗਏ ਸੀ। ਹਾਂਜੀ ਹਾਂਜੀ ਤੂੰ ਝੂਠਾ ਪਰਚਾ ਦਰਜ ਕੀਤਾ ਉਹਨੇ। ਸੁਰਜੀਤ ਸਿੰਘ ਪੁੱਤਰ ਦਲੀਪ ਸਿੰਘ ਤੇ ਉਹਦੀ ਪਤਨੀ ਪਾਸ਼ਾ ਨੇ, ਉਹ ਆਪਣੇ ਹਸਤੇ ਕਹਿੰਦੇ ਨੇ, ਇਹਨਾਂ ਸੱਟਾਂ ਮਾਰੀਆਂ ਤੇ ਅਸੀਂ ਪਤਾ ਤੇ ਕਰਤਾ ਹੈ ਤਾਂ ਤੁਸੀਂ ਜਾ ਰਹੀ ਹੈ ਜੀ। ਵੈਰੀਫਾਈ ਕਰਕੇ ਕੀਤਾ ਜੀ, ਪਰ ਉਹ ਮੁਤਾਬ ਚੈੱਕ ਕੀਤਾ ਸੀ ਅੱਗੇ ਕੀ ਹੈਗਾ ਕੀ ਹੈਗਾ ਕੁਛ ਚਾਹੀਦਾ ਸਮਝ ਲਿਆ ਕੋਈ ਗੱਲ ਨੀ, ਜੋ ਚਾਹੀਦਾ ਸਮਝ ਕਰਾਂਗੇ ਪੂਰਾ।